ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਪੈਟਰੋਲ ਤੇ ਡੀਜ਼ਲ ਬਾਰੇ ਆਈ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਬਾਜ਼ੀ ਮਹਿੰਗਾਈ ਵਿਚਕਾਰ ਤੋਂ ਖਪਤਕਾਰਾਂ ਨੂੰ ਵੱਡਾ ਝਟਕਾ ਲੱਗਾ ਹੈ ਤੋਂ ਖਪਤਕਾਰਾਂ ਲਈ ਡੀਜ਼ਲ ਦੀਆਂ ਕੀਮਤਾਂ ਵਿੱਚ 5 ਰੁਪਏ ਬੱਤੀ ਲੀਟਰ ਦਾ ਵਾਧਾ ਹੋਇਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਤਰਾਂ ਨੇ ਦੱਸਿਆ ਕਿ ਥੋਕਾਂ ਨੂੰ ਵੇਚਣ ਜਾਣ ਵਾਲਾ ਡੀਜ਼ਲ 5 ਰੁਪਏ ਬੱਤੀ ਲੀਟਰ ਮਹਿੰਗਾ ਹੋ ਗਿਆ ਹੈ ਕਮਟਰੀ ਪੱਧ ਤੇ ਕੱਚੇ ਤੇਲ ਦੀ ਕੀਮਤਾਂ ਚ 40% ਦੀ ਉਛਾਲ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਹੈ ਹਾਲਾਂਕਿ ਪੈਟਰੋਲ ਪੰਪਾਂ 'ਹੇ ਵੇਚੇ ਜਾਣ ਵਾਲੇ ਡੀਜ਼ਲ ਨੇ ਪਰਚੂਨ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਸਾਨੂੰ ਦੱਸਦੀ ਕਿ ਇਸ ਮਹੀਨੇ ਪਟਰੋਲ ਪੰਪਾਂ ਦੀ ਵਿਕਰੀ ਵਿੱਚ 20% ਦਾ ਹ 下 ਆਇਆ ਹੈ। ਬਾਸ ਫਲੀਟ ਆਪਰੇਟਰਾਂ ਤੇ ਮਾਲ ਵਰਗੇ ਥੋਕ ਖਪਤਕਾਰਾਂ ਨੇ ਪਟਰੋਲ ਪੰਪਾਂ ਤੋਂ ਇੰਦਨ ਖਰੀਦਿਆ ਹੈ। ਆਮ ਤੌਰ ਤੇ ਹੋ ਪਟਰੋਲਿੰਗ ਕੰਪਨੀਆਂ ਤੋਂ ਸਿੱਧੇ ਇੰਦਨ ਦੀ ਖਰੀਦ ਕਰਦੇ ਹਨ। ਇਸ ਕਾਰਨ ਫਿਊਲ ਰਿਟੇਲ ਕੰਪਨੀਆਂ ਦਾ ਵਾਅਦਾ ਵਧਾ ਵਧ ਕੇ ਹੈ ਵਿਕਰੀ ਵਧਣ ਤੋਂ ਬਾਵਜੂਦ ਇਹਨਾਂ ਕੰਪਨੀਆਂ ਨੇ ਹਜੇ ਤੱਕ ਘੱਟ ਮਾਤਰਾ ਨਹੀਂ ਘਟਾਈ। ਹੁਣ ਪਟਰੋਲ ਪੰਪ ਚਲਾਉਣ ਆਰਥਿਕ ਤੌਰ ਤੇ ਸਮਰਥ ਰਹੇਗਾ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਹੈ। ਤੇ ਨੂੰ ਸੂਤਰਾਂ ਦੇ ਸਤੇ ਕਿਰ ਕੋਡ 160 ਦਿਨਾਂ ਤੋਂ ਇੰਨ ਦੀ ਕੀਮਤਾਂ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਕੰਪਨੀ ਆਲੀ ਇਹ ਦਰਾਂ ਤੇ ਹੋਰ ਤੇਲ ਵੇਚਣ ਦੀ ਬਜਾਏ ਪਟਰੋਲ ਪੰਪਾਂ ਨੂੰ ਬੰਦ ਕਰਨਾ ਵਿਦੇਰੀ ਵਿਭਾਗਿਕ ਵਿਕਲਪ ਹੈ 2008 ਵਿੱਚ ਰਿਲਾਇੰਸ ਇੰਡਸਟਰੀਜ਼ ਨੇ ਵਿਕਰੀ 0 ਤੇ ਆਉਣ ਤੋਂ ਬਾਅਦ ਆਪਣੇ ਸਾਰੇ 1432 ਪਟਰੋਲ ਪੰਪ ਬੰਦ ਕਰ ਦਿੱਤੇ ਨੇ ਖਬਰਾਂ ਅਸ ਦੇਖਣ